ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ। ਮੈਂ ਤੁਹਾਡਾ ਆਪਣਾ ਛਪਿੰਦਰ ਔਜਲਾ ਅਤੇ ਆਪਾਂ ਕਰ ਲੱਗੇ ਅੱਜ ਬਲੌਗ ਸ਼ੁਰੂ। ਫਿਰ ਮੋਟਰ 'ਤੇ ਆਏ ਪਏ ਹਾਂ ਸਪਰੇ ਕਰਾਉਣੀ ਦੀ, ਟੈਂਕੀ ਭਰੀ ਹੈ ਪਾਣੀ ਦੀ। ਅਤੇ ਕਮੈਂਟ ਜ਼ਰੂਰ ਕਰਿਓ ਬਾਬੇ ਆਪਾਂ ਛਤਰੀ ਨੂੰ ਵਾਈਟ ਰੰਗ ਕਰਾਈਏ ਜਾਂ ਰੈੱਡ, ਇਹਨੂੰ ਹੁਣ ਸਿਲਵਰ ਰੰਗ ਆ ਤੁਹਾਨੂੰ ਜੇ ਉਹ 'ਚ ਨਾ ਪਤਾ ਲੱਗਦਾ ਹੋਵੇ ਕੈਮਰੇ 'ਚ। ਅਤੇ ਮਿਊਜ਼ਿਕ ਸਿਸਟਮ ਵੀ ਦੱਸਿਓ ਕਿਹੜਾ ਲਵਾਈਏ ਆਪਾਂ, ਕਮੈਂਟ ਕਰਿਓ ਜ਼ਰੂਰ। ਜਿਹੜੇ ਵੱਧ ਕਮੈਂਟ ਹੋਣਗੇ ਆਪਾਂ ਉਹਨਾਂ ਦੀ ਸੁਣਾਂਗੇ। ਅਤੇ ਮਿਲਦੇ ਹਾਂ ਜਦ ਸਪਰੇ ਵਾਲੇ ਆ ਗਏ। ਅਤੇ ਲੋ ਬਾਬੇ ਸਵੇਰੇ ਟੈਂਕੀ ਭਰ ਕੇ ਲਗਾਏ ਤੇ ਆਪਾਂ, ਤੁਹਾਨੂੰ ਦਿਖਾਉਂਦਾ ਟੈਂਕੀ ਦੇ ਹਾਲਾਤ, ਪਾਣੀ ਕਿੰਨਾ ਕਰ ਗਿਆ। ਆਹ ਟੂਟੀ ਤੋਂ ਐਸਟੀਮੇਟ ਲੱਗ ਗਿਆ ਹੋਣਾ, ਫਿਰ 4 ਕਿੱਲੇ ਆਪਣੇ ਜੇ ਰਹਿ ਗਏ। ਅਤੇ ਚਲੋ ਚੱਲਦੇ ਆਪਾਂ ਘਰਾਂ ਤੋਂ ਹੁਣੇ ਆਏ ਤੇ। ਬਾਬੇ ਲੱਗੇ ਤਾਂ ਉੱਧਰ ਸਪਰੇ ਕਰਨ, ਅਤੇ ਆਪਾਂ ਹੁਣ ਇੱਧਰ ਆ ਗਏ ਇਧਰਲੀ ਸਾਈਡ, ਅਤੇ ਚੱਲਦਾ ਕੰਮ ਜ਼ੋਰੋਂ ਸ਼ਰਾਂ ਨਾਲ। ਕੀ ਗੱਲ ਕਿ ਮੈਂ ਟੈਂਕੀ ਭਰ ਕੇ ਲਗਾਇਆ ਹੁਣੇ। ਅਤੇ ਕਮੈਂਟ ਜ਼ਰੂਰ ਕਰਿਓ ਬਾਬੇ ਜੀ, ਮੈਂ ਪਹਿਲਾਂ ਕਿਹਾ ਤਾਂ ਮੈਂ ਛੱਤ ਨੂੰ ਕਿਹੜਾ ਰੰਗ ਕਰਾਈ, ਕਿ ਕਿਹੜਾ ਮਿਊਜ਼ਿਕ ਸਿਸਟਮ ਲਵਾਈਏ ਆਪਾਂ। ਜੇ ਹਜੇ ਆਪਣੀ ਸਲਾਹ ਤਾਂ ਇੱਦਾਂ ਮੈਂ ਦੱਸ ਦਿੰਦਾ, ਕਿਉਂ ਵੀ ਉਹ ਜਿਹੜਾ ਆਪਣਾ ਸਪੀਕਰ ਲੱਗੇ ਹੋਏ ਸਾਈਡਾਂ 'ਤੇ, ਜਿਹੜੇ ਸਾਈਡਾਂ 'ਤੇ ਲੱਗੇ ਹੋਏ ਆ ਵੀ ਉਹੀ ਬਾਕਸ ਜੇ ਕਰਾ ਦਈਏ। ਚਲੋ ਸਤਿ ਸ਼੍ਰੀ ਅਕਾਲ ਜੀ, ਅੱਜ ਆਪਾਂ ਆਏ ਪਿੰਡ ਰਿਉਣਾ ਉੱਚਾ ਦੇ ਵਿੱਚ ਨੌਜਵਾਨਾਂ ਨੂੰ ਮਿਲਣ, ਨੌਜਵਾਨਾਂ ਵਾਸਤੇ ਇੱਕ ਨਵੀਂ ਜਿੰਮ ਬਣਾਈ ਉਹਨਾਂ। ਆਓ ਮਿਲਦੇ ਆ ਸਾਡੇ ਪਿੰਡ ਦੇ ਨੌਜਵਾਨ। ਅੱਜ ਕੀ ਹਾਲ ਆ ਤੁਹਾਡਾ? ਕੀ ਨਾਮ ਆ ਤੁਹਾਡਾ? ਅੱਛਾ ਜੀ, ਕੀ ਕਰ ਰਹੇ ਹੋ ਵੀਰੇ? ਕਿਹਨੇ ਬਣਾ ਕੇ ਦਿੱਤੀ ਹੈ? ਆ ਕਹਿੰਦੇ ਅਸੀਂ ਆਪ ਬਣਾਈ ਆ। ਅੱਛਾ ਜੀ, ਫਿਰ ਲਾ ਕੇ ਦਿਖਾਓ ਤੁਸੀਂ। ਅੱਛਾ, ਕਿੰਨੇ ਲਾ ਲੂੰਗੇ ਇੱਕ ਵਾਰ 'ਚ? ਚਲੋ ਲਾ ਕੇ ਦਿਖਾਓ, 10 ਇਹ ਗਿਣਨੇ ਆਪਾਂ ਨੇ। 1, 2, 3, 4, 5, 6, 7, 8, 9, 10। ਚਲੋ ਬਹੁਤ ਹੈ, ਬਹੁਤ ਵਧੀਆ। ਇੰਨੀ ਇਹ ਬਹੁਤ ਸਾਡਾ ਬੰਦਾ ਵਧੀਆ। ਹਾਂਜੀ ਮਾਣੀ ਸਾਹਿਬ, ਕਿਵੇਂ ਹੋ? ਹੋਰ ਕੀ ਕਰਦੇ ਹੋ? ਫਿਰ ਚੱਕ ਕੇ ਦਿਖਾਓ ਜੀ ਜਿੰਮ ਦੀ। ਹਾਏ ਹਾਏ, 10 ਲਾ ਕੇ ਦਿਖਾਓ ਤੁਸੀਂ। 2, 3, 4, 5, 6, 7, 8, 9, 10। ਬਹੁਤ ਬਹੁਤ ਆਹ ਮੁੰਡਾ ਹੀ ਬਾਲਾ ਸਿਰਾ। ਹੋਰ ਜੀ, ਕਿਹੜੀ ਕਲਾਸ 'ਚੋਂ? ਹੈਂਜੀ, ਦੂਜੀ 'ਚ। ਅੱਛਾ, ਕਿੰਨੇ ਸਾਲ ਉਮਰ ਆ? ਆ ਬੰਦੇ ਨੂੰ ਆਪਣੀ ਉਮਰ ਦਾ ਨਹੀਂ ਪਤਾ, ਕਹਿ 8 ਸਾਲ ਦੇ। ਠੀਕ ਆ ਜੀ। ਹਾਂਜੀ, ਕਿਵੇਂ ਹਾਲ, ਕੀ ਹਾਲ ਤੁਹਾਡਾ? ਕੀ ਨਾਮ ਆ? ਹੈਂਜੀ, ਅੱਛਾ ਲਓ ਜਮਾ। ਹਾਂਜੀ ਫਿਰ ਲਾਓ ਕੇ ਦਿਖਾਓ ਜੀ ਤੁਸੀਂ ਕਿੰਨਾ ਕੁ ਲਾ ਲੈਂਦੇ। 1, 2, 3, 4, 5, 6, 7, 8, 9, 10। ਆਹ ਬਸ ਬਸ, ਇਹ ਮੁੰਡਾ ਹੀ ਬਹੁਤ ਸਿਰਾ। ਸਰੀਰ ਦੇਖ ਕੇ ਤਾਂ ਲੱਗਦਾ ਕਿ ਅਗਲੀ ਜਨਮ 'ਚ ਬਾਉਂਸਰ ਹੀ ਬਣੂਗਾ ਇਹ। ਹਾਂਜੀ ਬਹੁਤ ਬਾਬੇ। ਉਹ ਪਤੰਗ ਕਿੱਥੇ ਗਿਆ? ਆ ਗਿਰ ਰਿਹਾ ਆ ਦਿਆ ਤਾਂ, ਅਤੇ ਸਾਡਾ ਰਿਪੋਰਟਰ ਹੀ ਭੱਜ ਗਿਆ, ਫਟ ਲੈ ਗਏ ਤੈਨੂੰ ਮੈਨੂੰ ਲੱਗਦਾ ਜੀ। ਬਿੱਲਾ ਤਾਂ ਖੇਰੀ ਨਾ ਫੜ ਲੈ, ਖੇਰੀ ਨਾ। ਉਹ ਕਿਵੇਂ ਆਏ ਬੰਦੇ ਭੱਜ ਕੇ? ਦੇਖੋ ਦੇਖੋ ਜੀ ਦੇਖੋ, ਆ ਦੇਖੋ ਬਨਾਨਾ ਜੀ ਆਇਆ ਮੁੰਡੇ। ਉਹਨੂੰ ਕਿਸਾ ਫਿਰਦਾ ਚੱਪ ਕਰ।
ਉਧਰ ਆਉਣਾ ਵੱਡਾ ਬਾਈ ਵਰਦਾ।